तेरा माजिक और कलम और थाने ने चंगा चौड़ा चड्डा तेरी माजे सलामकम की मंगते हो पैदा ढाई लाख ढाई पूरा ढाई अच्छा कितना चिर हो गया सोया सोया तकरीबन त्रै महीने त्रै महीने कितनी तारा सो तारा तकरीबन ग्यारह किलो केड़ी जगह तो आयो जी जेलम काला गुजरा जेलम काला गुजरा चौधरी हिजर दे पिंडू जी चौधरी हिजर दे पिंडू बिल्कुल ठीक है चौधरी हिजर दे पिंडू लो जी जेलम काला गुजरा तू आए ने ते मज जड़ी है पूरे जो जो बना रही है तुसी जनाब वेख लो सारे तसली नाल जनाब तो दिखा रहे हैं क्योंकि एक दो भरा कहते हैं कि जानवर पूरा सारा दिखाया करो साड़ी मेरी पहला कोशिश होंगी सी कि चलो तू ज्यादा जानवर दिखाए जान हूँ फिर सारी गल भरावान की फरमाइश के मुताबिक अस जनाब चंगी तसली करते हैं एक एक, एक जानवर से तसली नाल दिखाइए ढेरी माजे पैर चुनी पूरी है थान कलम की तरह थान ने सोना चाड़ा चढ़ा अस्सलाम वालेकुम की मंगते हो फिर माज का एक चाली कितनी तारा सो छे सिर कितना चिर हो गया सोया सुई है ना को नहीं पता मुल है नहीं है ना चल पी लो लो जी एक चाली वो मंग रहे ने हूँ बिच एक भरा ने ना मैसेज किया कि कुछ तो बंदे जिस वक्त मैसेज करते ने ना तो अल्फाज का उन्होंने चुनाव भी बड़ा अजीब होता कि वो कहता है कि जी बड़ा डरते हो डरने तो मुराद ये कि असं इतने कुश्ती तो नहीं खेडन आए किसी नाल जरा डरन वाली गल हूँ जिस तरह वो भाई हो रही उन्होंने मज का एक चाली दसिया मज वेख के तो लिबास वेख के उन्होंने को मैं क्या पुछन की जरूरत ही नहीं है फोन नंबर या कोई गलबात जिस वक्त एक चीज़ जी खुद ही नज़र आती हो जी समझ तू बार और पुछ के हाँ जी कोई चीज़ जो डंगर कोई जो भी आमदा कोई नज़र के आमदा कोई मुनासिब नज़र भी आमदा वह उन्हों को उन्होंने नंबर भी पुछी दिया एड्रैस भी पुछी दिया बाकी ये कि कुछ जो कमेंट्स करने वाले बंदे भी होंगे ने वह भी फजूल अल्फाजा उन्होंने जो चुनाव होंगे वह भी बेहतर नहीं होंगे
ਬਾਕੀ ਇਹ ਵੇਖ ਸਾਡੇ ਵਾਸਤੇ ਕਾਬਲ ਇਹਤਰਾਮ ਨੇ ਸਾਰੇ ਭਰਾ ਜਿਹੜੇ ਵੀਡੀਓ ਵੇਖਦੇ ਨੇ ਸਾਡੀ ਸਾਡੇ ਵਾਸਤੇ ਕਾਬਲ ਇਹਤਰਾਮ ਨੇ ਗੁਜ਼ਾਰਿਸ਼ ਇਹ ਵੇ ਕਿ ਸਿਰਫ ਅਲਫਾਜ਼ ਦਾ ਚੁਣਾਵ ਜਿਹੜਾ ਨਾ ਉਹ ਬਿਹਤਰ ਕਰਨਾ ਚਾਹੀਦਾ ਕਿ ਇਹ ਹੁੰਦਾ ਕਿ ਜੇ ਬੰਦਾ ਜਿਸ ਤਰ੍ਹਾਂ ਕਹਿੰਦਾ ਕਿ ਜੀ ਉਹ ਜੀ ਬੜਾ ਡਰਦੇ ਹੋ ਡਰਨ ਦਾ ਕੋਈ ਇੱਥੇ ਅਸੀਂ ਕੁਸ਼ਤੀ ਖੇਡਣਾ ਆ ਕਿਸੇ ਨਾਲ ਵਾਲੇਕਮ ਸਲਾਮ ਜਿੱਥੇ ਕਿ ਵੇਖਦੇ ਹਾਂ ਮੁਨਾਸ ਜ਼ਰੂਰਤ ਸਮਝਦੇ ਹਾਂ ਕਿ ਵੀ ਇੱਥੇ ਬੰਦੇ ਕੋਲੋਂ ਡਰੈਸ ਪੁੱਛਣਾ ਚਾਹੀਦਾ ਉਹਦਾ ਨੰਬਰ ਪੁੱਛਣਾ ਚਾਹੀਦਾ ਜਾਨਵਰ ਠੀਕ ਹੈ ਚੰਗਾ ਇਹਦੇ ਕੋਲੋਂ ਅੱਗੋਂ ਵੀ ਚੰਗੇ ਜਾਨਵਰ ਲੱਭ ਸਕਦੇ ਨੇ ਉੱਥੇ ਡਰੈਸ ਵੀ ਪੁੱਛ ਕੇ ਤੁਹਾਨੂੰ ਦੇਈਦਾ ਫੋਨ ਨੰਬਰ ਵੀ ਪਤਾ ਕਰਕੇ ਦੇਈਦਾ ਅਤੇ ਬਾਕੀ ਆਹ ਹੁਣ ਗਾਂ ਤੁਹਾਨੂੰ ਦਿਖਾਉਂਦੇ ਹਾਂ ਸਲਾਮ ਅਲੈਕਮ ਕੀ ਗਾਂ ਜੇ ਗਾਂ ਦਾ ਬੱਚਾ ਬੱਚਾ ਮਰ ਗਿਆ ਕਿਤਨੇ ਚਿਰ ਦੀ ਸੂਈ ਹੈ ਤਾਰਾਂ ਕਿਤਨੀਆਂ ਸੂ ਬਾਰਾਂ ਕੀ ਮੰਗਦੇ ਹੋ ਗਏ ਡੇਢ ਦੀ ਸਾਈ ਵਾਲ ਚੋਲਸਤਾਨੀ ਦਾ ਫਰੀਜ਼ਨ ਮਾਸ਼ਾਅੱਲਾ ਅੱਛਾ ਕਿਹੜੀ ਜਗ੍ਹਾ ਤੋਂ ਆਇਓ ਜੇਹਲਮ ਜੇਹਲਮ ਤੋਂ ਘਰ ਦੀ ਜੇ ਜਾਂ ਘਰ ਦੀ ਘਰ ਦੀ ਵਪਾਰ ਸ਼ਪਾਰ ਨਹੀਂ ਕਰਦੇ ਨਾ ਵਪਾਰ ਵਾਲਾ ਸਾਡਾ ਕੰਮ ਹੀ ਲੋ ਜੀ ਚੋਲਸਤਾਨੀ ਦਾ ਫਰੀਜ਼ਰ ਗਾਂ ਹੈ ਜਨਾਬ ਤੁਸੀਂ ਦੇਖ ਲਓ ਅਤੇ ਡੇਟ ਦੀ ਉਹ ਕਹਿ ਰਹੇ ਨੇ ਕਿ ਦਿੰਦੇ ਹਾਂ ਮੰਗਦੇ ਹਾਂ ਪਿਓ ਡੇਟ ਪਹਿਲਾਂ ਜੋ ਵੀ ਮੰਗਦੇ ਪਏ ਹੁਣ ਡੇਟ ਡੇਟ ਦੀ ਹੈ ਕਹਿ ਰਹੇ ਨੇ ਅੱਛਾ ਦੇ ਕਿੱਥੋਂ ਤੱਕ ਜਾਣੀ ਜਦੋਂ ਹੁਣ ਤੁਹਾਨੂੰ ਗੱਲ ਮੁਕਾ ਸਾਨੂੰ ਪਤਾ ਤੁਸੀਂ ਹੁਣ ਲੈਣੀ ਹੈ ਤਾਂ ਫਿਰ ਨਹੀਂ ਨਹੀਂ ਅਸੀਂ ਕੋਈ ਨਹੀਂ ਲੈਣੀ ਜੇ ਐਂ ਵੀ ਲੈਣੀ ਪਰ ਅੱਗੇ ਦੋ ਵੀ ਮੰਗਦੇ ਰਹੇ ਹਾਂ ਦੋ ਤਰੀ ਵੀ ਮੰਗਦੇ ਰਹੇ ਸਾਨੂੰ ਪਤਾ ਲੱਗਾ ਗਾਂ ਉੱਥੇ ਬੱਚੇ ਤੋਂ ਬਗੈਰ ਨਹੀਂ ਜਾਂਦੇ ਹੁਣ ਮੁਲਕ ਕੀਤਾ ਜਦ ਕਿ ਸਾਹ ਵੀ 1.5 ਲੱਖ ਦੀ ਕੁੜੀ ਜਿੱਥੇ ਮਰਜ਼ੀ ਦੇ ਲਓ ਬੋਟੀਆਂ ਦੇ ਹਿਸਾਬ ਨਾਲ ਆਪਣਾ ਨੰਬਰ ਦੁੱਧ ਵੀ ਅਸੀਂ ਆਪਣਾ ਨੰਬਰ ਕੀ ਹੈ ਤੁਹਾਡਾ ਨੰਬਰ 0348 ਜੀ ਜੀ 7013 ਜੀ ਜੀ 438 ਇੱਕ ਵਾਰ ਫਿਰ ਬੋਲ ਦਿਓ 0348 7013 438 ਹੋਰ ਵੀ ਆ ਜਾ ਗਾਵਾਂ ਕੋ ਦੇਣ ਵਾਲੀਆਂ ਜਾਂ ਬੜੀਆਂ ਅੱਛਾ ਅਸਾਂ ਘਰੇ ਜਨਾਬ ਮੇਰੇ ਆਪਣਾ ਉੱਥੇ ਘਰ ਦੀ ਤਿਆਰ ਕਰਨੇ ਠੀਕ ਹੈ ਇਹ ਇਹਨੂੰ ਕਿਤਵਾਂ ਸੂਆ ਹੈ ਇਹਨੂੰ ਚੌਥਾ ਸੂਆ ਚੌਥਾ ਸੂਆ ਹੈ ਘਰ ਦੀ ਤਿਆਰ ਹੋਈ ਜੀ ਚੌਥਾ ਸੂਆ ਹੈ ਨੰਬਰ ਤੁਹਾਨੂੰ ਦੱਸ ਦਿੱਤਾ ਅਤੇ 1.5 ਲੱਖ ਇਸ ਟਾਈਮ ਮੰਗ ਰਹੇ ਨੇ ਅਤੇ ਬੱਚੇ ਦੀ ਵਜ੍ਹਾ ਤੋਂ ਮਿਲਣ ਛਿਲਣ ਦੀ ਠੀਕ ਹੈ ਦੁੱਧ ਵੀ ਲਾ ਲੈਂਦੀ ਪਗਾਰ ਵੰਡੇ ਤੋਂ ਵੀ ਲਾ ਲੈਂਦੀ ਠੀਕ ਹੈ ਜੀ ਠੀਕ ਹੈ ਮਿਹਰਬਾਨੀ ਲੋ ਜੀ ਜਨਾਬ ਇਹਦੇ ਨਾਲ ਹੀ ਜਨਾਬ ਅੱਲਾਹ ਤਾਲਾ ਕੇ ਦੁਆ ਕਰਨੇ ਹਾਂ ਕਿ ਅੱਲਾਹ ਤਾਲਾ ਸਾਨੂੰ ਸਭ ਨੂੰ ਹਮੇਸ਼ਾ ਹਮੇਸ਼ਾ ਕਲਾਲ ਦੀ ਰੋਜ਼ੀ ਕਮਾਉਣ ਦੀ ਤੋਫੀਕ ਅਤਾ ਫਰਮਾਨ ਅੱਲਾਹ ਤਾਲਾ ਸਾਹਿਬ ਤੇ ਆਪਣੀ ਰਹਿਮਤ ਆਪਣੀ ਬਰਕਤ ਆਪਣੀ ਸ਼ਫਕਤ ਅਤਾ ਫਰਮਾਨ ਬਹੁਤ ਮਿਹਰਬਾਨੀ ਸ਼ੁਕਰੀਆ ਦੁਆਵਾਂ ਜੀ ਆਪ ਰੱਖੀ